ਜੈ ਸ਼੍ਰੀ ਰਾਮ, ਜੈ ਮਹਾਕਾਲ। ਮੈਂ ਗੌਰਵ ਸ਼ਰਮਾ, ਹਿੰਦੂ ਨੇਤਾ। ਅੱਜ ਬੜੇ ਦੇਖੋ ਹੈਰਾਨੀ ਮੱਧਭਾਗੀ ਗੱਲ ਆ, ਕਿਸੇ ਮੰਦਰ ਵਾਲੇ ਦੀ ਕਰਤੂਤ ਆ, ਪਤਾ ਨਹੀਂ ਕਿਹੜਾ ਮੰਦਰ ਵਾਲਾ, ਲੱਖ ਲਾਣਤ ਦੀ ਮੈਂ ਕਹਾਂਗਾ ਉੱਤੇ ਸਾਡੇ ਸੁਧੀਰ ਕੁਮਾਰ ਸੂਰੀ ਜੀ ਦੀ ਵੀ, ਇਸੇ ਕਰਕੇ ਜਿਹੜੀ ਆਪਣਾ ਉਹਨਾਂ ਅਨਸ਼ਨ ਦੇ ਬੈਠੇ ਗੋਪਾਲ ਮੰਦਰ ਵਾਲਾ, ਉਹਨੇ ਆਪਣੀ ਜਾਨ ਨਿਸ਼ਾਵਰ ਕਰਤੀ ਸੀ ਇਸੇ ਗੱਲ ਕਰਕੇ, ਲੋਕਾਂ ਨੂੰ ਅਪੀਲ ਕਰਕੇ ਮੰਦਰਾਂ ਵਾਲਿਆਂ ਨੂੰ, ਪਰ ਮੰਦਰ ਵਾਲੇ ਫਿਰ ਵੀ ਨਹੀਂ ਸੁਧਰੇ। ਲੱਖ ਲਾਣਤ ਦੀ ਕਰਾਵਾਂਗਾ ਜਿਹੜੇ ਆਪਣੇ ਘਰ ਇਕੱਠੇ ਪੈਸੇ ਕਰਕੇ ਲੈ ਜਾਂਦੇ ਆ, ਉਹ ਜਿਹੜਾ ਸਮਾਨ ਮੰਦਰ ਦਾ ਚੜ੍ਹਦਾ ਇੱਥੇ, ਆਹ ਦੇਖੋ ਇਹ ਕੂੜੇ ਦੇ ਢੇਰ 'ਚ ਸੁੱਟਿਆ ਹੋਇਆ ਵਾ, ਬਟਾਲਾ ਰੋਡ ਕੁੱਲੂ ਮੇਲ ਵਾਲਾ ਪਲਾਟ ਆ, ਔਰ ਆਹ ਪਲਾਵ ਵਿੱਚੋਂ ਕੂੜੇ ਦੇ ਢੇਰ 'ਚੋਂ ਆਪਾਂ ਇਸੇ ਢੇਰ 'ਚੋਂ ਆਪਾਂ ਚੁੱਕੇ ਆ, ਕੂੜਾ ਸੁੱਟਿਆ ਉੱਤੇ ਫੋਟੋਆਂ ਸੁੱਟਤੀਆਂ। ਮੈਂ ਲੱਖ ਲਾਂਤ ਦੀ ਕਹਾਂਗਾ ਐਸੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕੰਮ ਕਰਤੂਤ ਕਰਵਾਈ ਆ, ਔਰ ਜਿਹੜਾ ਵੀ ਰੇਹੜੀ ਵਾਲਾ ਜਾਂ ਮੰਦਰ ਵਾਲਾ ਇਸ ਪਿੱਛੇ ਪਾਇਆ ਗਿਆ, ਉਹ 'ਤੇ ਬਣਦੀ ਸਜ਼ਾ ਆਪਾਂ ਦਵਾਵਾਂਗੇ, ਕਾਨੂੰਨੀ ਕਾਰਵਾਈ ਪੂਰੀ ਕਰਵਾਵਾਂਗੇ। ਇਸ ਤੋਂ ਪਹਿਲੇ ਸਰ ਡੇਢ ਕੁ ਮਹੀਨੇ ਪਹਿਲੇ ਦੀ ਗੱਲ, ਉਦੋਂ ਵੀ ਆਪਾਂ ਕੀਤੀ, ਪਰ ਉਸ ਤੋਂ ਬਾਅਦ ਸੁਧਰ ਗਏ ਸੀ। ਹੁਣ ਫਿਰ ਲੱਗਦਾ ਇਹਨਾਂ ਨੂੰ ਟੀਕਾ ਫਿਰ ਦੁਬਾਰਾ ਲਾਉਣਾ ਪੈਣਾ, ਇਹ ਆਪਣਾ ਇਹਨਾਂ ਨੂੰ ਫਿਰ ਦੁਬਾਰਾ ਇੱਕ ਵਾਰੀ ਦੱਸਣਾ ਪੈਣਾ ਕਿ ਕਰਤੂਤ ਮਾੜੀ ਕਰਦੇ ਪਏ। ਤੁਹਾਨੂੰ ਮੰਦਰ ਵਗੈਰਾ 'ਚ ਨਹੀਂ ਸਰ, ਆਪਾਂ ਆਪਣਾ ਇੱਥੇ CCTV ਕੈਮਰੇ ਗਲੀ 'ਚ ਲੱਗੇ ਆ, ਔਰ ਆਪਾਂ ਪੁਲਿਸ ਚੌਂਕੀ ਵੀ ਜਾ ਰਹੇ ਹਾਂ, ਜਿਹੜਾ ਆਪਾਂ ਪੁਲਿਸ ਚੌਂਕੀ ਲਿਖਾਵਾਂਗੇ, ਔਰ ਜਿਹੜਾ ਵੀ ਇੱਥੇ ਕਰਤੂਤ ਕਰਦਾ ਪਾਇਆ ਜਾਂਦਾ ਉਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਏਗਾ, ਉਹਨੂੰ ਸਜ਼ਾ ਦਵਾਈ ਜਾਏਗੀ। ਤਾਂ ਸਾਨੂੰ ਸਾਰਾ ਸਾਡੇ ਨਾਲ ਇੱਥੋਂ ਨਾਗਰੀ ਪਬਲਿਕ ਉਹ ਵੀ ਇਕੱਠੀ ਹੋਈ ਹੈ ਸਾਡੇ ਨਾਲ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਸਾਡੇ ਨਾਲ ਖਲੋਤੇ ਮੋਢੇ ਨਾਲ ਮੋਢਾ ਜੋੜ ਕੇ ਇਸ ਨੂੰ ਆਪਣਾ ਰੋਕਣ ਲਈ, ਉਹਨਾਂ ਨੇ ਬੜੀ ਕਿਹਾ ਕਿ ਮੰਦਭਾਗੀ ਘਟਨਾ ਹੈ। ਜੋ ਵੀ ਪਤਾ ਲੱਗਦਾ ਸਾਨੂੰ ਕਿਹੜੇ ਮੰਦਰ ਦੀ ਕਰਤੂਤ ਆ, ਉਹ ਪੂਰਾ ਮੰਦਰ ਆ ਇਹ ਆਪਣਾ ਪੂਰੇ ਧੁਰ ਤੱਕ ਜਾਣਕਾਰੀ ਆਪਣਾ ਹਾਸਲ ਕਰਨੀ ਚਾਹਵਾਂਗੇ, ਔਰ ਜਿਹੜਾ ਵੀ ਪਤਾ ਲੱਗਦਾ ਉਹ 'ਤੇ ਪੂਰੀ ਆਪਣਾ ਕਾਨੂੰਨੀ ਕਾਰਵਾਈ ਕਰਵਾਵਾਂਗੇ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਮੰਦਰ ਵਾਲਿਆਂ ਨੂੰ ਕਿ ਜਿਨ੍ਹਾਂ ਨੇ ਕਰਤੂਤ ਕੀਤੀ ਆ, ਸਾਡੇ ਹਿੰਦੂ ਨੇਤਾ ਜਿਹੜੇ ਸੁਧੀਰ ਕੁਮਾਰ ਸੂਰੀ ਜੀ ਵੀ, ਇਸੇ ਕਰਕੇ ਉਹਨਾਂ ਨੇ ਆਪਣੀ ਜਾਨ ਗਵਾਈ ਸੀ ਕਿ ਗੋਪਾਲ ਮੰਦਰ ਦੇ ਬਾਹਰ ਇਸੇ ਕਰਕੇ ਧਰਨੇ ਦੇ ਬੈਠੇ। ਔਰ ਫਿਰ ਮੈਂ ਕਹਿੰਦਾ ਲੱਖ ਲਾਣਤ ਹੈ ਉਹਨਾਂ ਦੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਆਹ ਕਰਤੂਤ ਕੀਤੀ ਆ, ਸ਼ਰਮ ਕਰੋ, ਮੈਂ ਕਹਿੰਦਾ ਡੁੱਬ ਕੇ ਮਰ ਜਾਓ, ਪੈਸੇ ਇਕੱਠੇ ਕਰ ਤੁਸੀਂ ਆਪਣੇ ਘਰ ਭਰੀ ਜਾਂਦੇ ਹੋ, ਅਤੇ ਆਹ ਦੇਖੋ ਕੀ ਹਾਲ ਹੋ ਰਿਹਾ, ਆਹ ਫੋਟੋਆਂ ਮੰਦਰ 'ਚ ਕੂੜੇ 'ਚ ਆਪਾਂ ਚੁੱਕਦੇ ਪਏ ਹਾਂ। ਲੱਖ ਲਾਣਤ ਦੀ ਮੰਦਰ ਵਾਲਿਆਂ ਦੀ ਮੈਂ ਕਹਾਂਗਾ, ਜਿਹੜੇ ਪਤਾ ਲੱਗਦਾ ਮੰਦਰ ਦਾ ਉੱਥੇ ਆਪਾਂ ਕਾਨੂੰਨੀ ਕਾਰਵਾਈ ਕਰਾਵਾਂਗੇ, ਦੋ ਭਾਂਦੀ ਆਪਾਂ ਹੁਣ ਸਜ਼ਾ ਵੀ ਦਵਾਵਾਂਗੇ। ਇਹ ਕਿਹੜੀ ਜਗ੍ਹਾ 'ਤੇ ਹੈਗਾ ਜੀ ਇਹ ਜਿਹੜਾ? ਸਰ ਤਾਂ ਬਟਾਲਾ ਰੋਡ 'ਤੇ ਕੁੱਲੂ ਮੇਲਾ ਵਾਲੀ ਜਗ੍ਹਾ ਪੈਂਦੀ ਹੈ, ਕੁੱਲੂ ਮੇਲਾ ਵਾਲੀ ਗਲੀ ਪੈਂਦੀ ਹੈ, ਉੱਥੋਂ ਦੀ ਇਹ ਕਰਤੂਤ ਕੀਤੀ ਹੈ ਕਿਸੇ ਮੰਦਰ ਵਾਲੇ ਨੇ, ਅਤੇ ਮੰਦਰ ਵਾਲੇ ਦਾ ਕੰਮ ਆ, ਉਹ ਜਿਸ ਵੀ ਰੇਹੜੀ ਵਾਲਾ ਮੰਦਰ ਵਾਲਾ ਕੋਈ ਭੇਜਦਾ ਵਾ ਸਾਨੂੰ ਪਤਾ ਲੱਗ ਜਾਂਦਾ, ਉੱਥੇ ਆਪਾਂ ਪੂਰੀ ਕਾਨੂੰਨੀ ਕਾਰਵਾਈ ਕਰਵਾਵਾਂਗੇ। ਮੇਰਾ ਨਾਮ ਸ਼ਾਮ ਸੁੰਦਰ ਹੈ, ਮੈਂ ਸ਼ਹੀਦ ਸੇਵਾ ਮੰਡਲ ਤੋਂ ਹਾਂ, ਗਲੀ ਬਾਂਕੇ ਵਿਹਾਰੀ ਤੋਂ। ਜੀ ਇਹ ਮਹੀਨਾ ਪਹਿਲਾਂ ਵੀ ਇਸੇ ਚੀਜ਼ ਦੀ ਇੱਕ ਆਪਾਂ ਅੱਗੇ ਵੀ ਵੀਡੀਓ ਕੀਤੀ ਸੀ, ਪਾਈ ਸੀ ਜੀ, ਉਦੋਂ ਵੀ ਮੰਦਰ ਵਾਲਿਆਂ ਨੇ ਕਿਸੇ ਨੇ ਸੁੱਟੇ ਰਹੀ ਇਸ ਤਰ੍ਹਾਂ ਹੀ, ਉਹ ਇਹ ਨਹੀਂ ਸਾਨੂੰ ਪਤਾ ਵੀ ਕਿਹੜੇ ਮੰਦਰ ਵਾਲੇ ਕਰਤੂਤ ਕਰ ਰਹੇ ਆ, ਲੇਕਿਨ ਇਹ ਜਿਹੜੇ ਵੀ ਕਰਦੇ ਪਏ ਆ ਬਹੁਤ ਜ਼ਿਆਦਾ ਮਾੜੀ ਗੱਲ ਹੈ। ਫਿਰ ਲੇਕਿਨ ਦੇਖੋ ਆਪਣਾ ਜੈ ਸ਼੍ਰੀ ਰਾਮ ਜੀ ਦੀ, ਆ ਦੇਖੋ ਜੀ ਝੰਡਾ, ਇਹ ਵੀ ਇਹਦੇ ਚੁੱਕਿਆ ਜੇ, ਇਹ ਮਾਤਾ ਜੀ ਦੀ ਮਾਡਲ ਉਹਨਾਂ ਦੇ ਜੀ ਦੀ ਵੀ ਫੋਟੋ ਨੇ ਜੀ, ਅਤੇ ਆਹ ਦੇਖੋ ਉਹਦਾ ਕੈਲੰਡਰ ਵੀ, ਆਹ ਕੈਲੰਡਰ ਵੀ, ਅਤੇ ਆਹ ਤੁਸੀਂ ਹੋਰ ਵੀ ਕਈ ਫੋਟੋਆਂ ਵਿੱਚ ਪਈਆਂ ਹੋਈਆਂ, ਆਹ ਦੇਖੋ ਵੀ ਹਜੇ ਹੋਰ ਵੀ ਮਤਲਬ ਵੀ, ਆਹ ਦੇਖੋ ਤੁਹਾਨੂੰ ਦਿਖਾਈਏ, ਤੁਸੀਂ ਕਹੋਗੇ ਕਿ ਵਾਕਈ ਆਹ ਦੇਖੋ, ਆਹ ਸ਼ੰਕਰ ਜੀ ਦੀ, ਆਹ ਦੇਖੋ ਤੁਹਾਡੇ ਸਾਹਮਣੇ ਆ ਜੀ ਪ੍ਰੂਫ, ਹਾਂਜੀ ਆਹ ਚੋਲੇ ਪੇਨ ਹੈ, ਹਾਂਜੀ ਹੁਣ ਤੁਹਾਨੂੰ ਅਸੀਂ ਕੀ ਕਿਤੇ, ਆਹ ਦੇਖੋ ਜੀ ਵੈਸ਼ਨੋ ਦੇਵੀ ਮਾਤਾ ਜੀ ਦੀ ਫੋਟੋ, ਮਤਲਬ ਕਿ ਇਹ ਸਾਰਾ ਕੁਝ ਵਿੱਚੇ ਨਿਕਲ ਰਿਹਾ, ਮਤਲਬ ਕਿ ਜਿਹੜਾ ਵੀ ਇਹ ਮੰਦਰ ਵਾਲਾ ਕਰਤੂਤ ਕਰ ਰਿਹਾ ਬਹੁਤ ਮਾੜੀ ਗੱਲ ਆ ਉਹਨਾਂ ਵਾਸਤੇ, ਇਹ ਨਾ ਕਰੋ ਕਿ ਪੈਸੇ ਹੀ ਇਕੱਠਾ ਕਰਕੇ ਹੀ ਸਭ ਕੁਛ ਇਸ ਤਰ੍ਹਾਂ ਕਰਨਾ ਵਾ, ਅਤੇ ਪਰ ਲੇਕਿਨ ਆਪਣੇ ਧਰਮ ਦਾ ਜਿਹੜਾ ਨਾ ਇਹ ਬਹੁਤ ਜ਼ਿਆਦਾ ਮਾੜਾ ਕੰਮ ਹੈ ਜਿਹੜਾ ਅਸੀਂ ਕੀ ਕਰਦੇ ਭਾਅ ਜੀ ਇਸ ਤਰ੍ਹਾਂ ਦੇ, ਅਸੀਂ ਮੰਗ ਇਹੋ ਕਰਦੇ ਹਾਂ ਵੀ ਇੱਥੇ ਜਿਹੜੀ ਇਹ ਕਰਤੂਤ ਖੇਲੀ ਜਾ ਰਹੀ ਹੈ ਨਾ ਖੇਲੋ, ਇਹ ਨਾ ਹੈ ਕਿ ਜੇ ਕਿਤੇ ਸਾਡੇ ਕੋਈ ਹੱਥ ਚੜ ਗਿਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਉੱਤੇ ਪਰਚਾ ਕਰਾਵਾਂਗੇ ਜੀ ਪੱਕਾ, ਕਿਉਂਕਿ ਅਸੀਂ ਅੱਗੇ ਪਹਿਲਾਂ ਵੀ ਮਹੀਨਾ ਡੇਢ ਪਹਿਲਾਂ ਵੀ ਇਹੀ ਕੀਤਾ ਸੀ, ਉਦੋਂ ਅਸੀਂ ਹਟ ਗਏ ਸੀ, ਇਹ ਹੁਣ ਫਿਰ ਇਹ ਕੰਮ ਹੋ ਗਿਆ ਅਤੇ ਬਹੁਤ ਜ਼ਿਆਦਾ ਮਾੜੀ ਗੱਲ ਹੈ। ਮੰਦਰ ਵਾਲਿਆਂ ਨੂੰ ਆਮ ਨਹੀਂ ਚਾਹੀਦਾ ਕਿ ਸ਼ਰਮ ਆਉਣੀ ਚਾਹੀਦੀ ਹੈ, ਇਹ ਉਹਨਾਂ ਨੂੰ ਬਹੁਤ ਵੱਡੀ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਵੀ ਮੰਦਰ ਵਾਲਾ ਇਹ ਕਰਤੂਤ ਕਰ ਰਿਹਾ। ਹਾਂ ਅਸੀਂ ਇਕੱਠੇ ਹੋ ਗਏ ਮੁੜ ਕੇ ਸਾਰੇ, ਅਸੀਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੇ ਹਾਂ ਵੀ ਇਹਨੂੰ ਆਵਾਜ਼ ਨੂੰ ਜਿਹੜਾ ਨਾ ਸਾਡੀ ਨੂੰ ਚੁੱਕਿਆ ਜਾਵੇ ਅਤੇ ਇਹ ਕੰਮ
ਕਿਤੇ ਵੀ ਨਾ ਹੋਵੇ, ਕਿਸੇ ਵੀ ਧਰਮ ਦਾ ਕੰਮ ਹੈ, ਲੇਕਿਨ ਇਸ ਤਰ੍ਹਾਂ ਨਾ ਹੋਵੇ। ਉਹ ਜੀ ਕਿਸੇ ਨੇ ਕੋਈ ਮੰਦਰ ਦੀ ਜਾਂ ਕੋਈ ਸਫਾਈ ਕੀਤੀ ਆ, ਉਹਦੇ ਵਿੱਚ ਫੁੱਲ ਫੁੱਲ ਵਗੈਰਾ ਪਏ ਆ, ਅਤੇ ਬਾਕੀ ਉਹ ਕੈਲੰਡਰ ਹੀ ਆ। ਇੱਥੇ ਬਾਹਰ ਆਵੇ ਕੋਈ ਮੰਦਰ ਹੈ ਨਾ, ਮੰਦਰ ਦੇ ਵਿੱਚ ਜਿਹੜੀਆਂ ਆਪਣੀਆਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਹੁੰਦੀਆਂ ਉਹ ਦੋ ਪਈਆਂ ਜੀ, ਬਾਕੀ ਹੋਰ ਤਾਂ ਕੋਈ ਸਾਹਮਣੇ ਨਹੀਂ ਹਲੀ ਆਇਆ। ਮੇਰੇ ਜੀ ਵੇਖੋ ਪਹਿਲਾਂ ਇੱਥੇ ਇੱਥੇ ਟੰਗੇ ਕੈਲੰਡਰ, ਮੈਨੂੰ ਨਹੀਂ ਪਤਾ ਕਿੱਥੋਂ ਆਏ ਆ, ਮੈਂ ਵਿੱਚ ਕੂੜੇ 'ਚ ਪਏ ਨਹੀਂ ਉਹ ਵੇਖੇ, ਮੈਂ ਕੂੜੇ 'ਚ ਨਹੀਂ ਵੇਖੇ ਉਹ, ਮੈਂ ਇੱਥੇ ਕੰਧ ਦੇ ਵਿੱਚ ਟੰਗੇ ਕਿਸੇ ਨੇ, ਪਤਾ ਨਹੀਂ ਹੁਣ ਤੁਹਾਡੇ ਕਿੰਨੇ ਫੜ ਕੇ ਟੰਗੇ ਆ। ਅਤੇ ਕੂੜੇ ਦੇ ਵਿੱਚ ਫੁੱਲ ਪਏ ਆ, ਦੀਵੇ ਪਏ ਆ, ਅਤੇ ਬਾਕੀ ਕੱਪੜੇ ਕੁੱਪੜੇ ਪਏ ਆ, ਉਹ ਹੋਰ ਕੋਈ ਸਾਹਮਣੇ ਨਹੀਂ ਆਈ। ਮੇਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ? ਮੈਂ ਇਹ ਚਾਹੁੰਦਾ ਜੀ ਜਿਹੜੀ ਆ ਮਤਲਬ ਜਲ ਪ੍ਰਵਾਹ ਕਰਨੀ ਚਾਹੀਦੀ ਆ, ਚਲੋ ਜੇ ਮੰਦਰ ਦੀ ਕੋਈ ਸਫਾਈ ਕੀਤੀ ਆ ਜਾਂ ਅੱਜ ਕੱਲ੍ਹ ਨਰਾਤਿਆਂ ਦੇ ਵਿੱਚ ਸੰਗਤ ਚੜ੍ਹਾ ਰਹੀ ਫੁੱਲ ਵਗੈਰਾ, ਅਤੇ ਇਹਨਾਂ ਨੂੰ ਜਲ ਪ੍ਰਵਾਹ ਕੂੜੇ 'ਤੇ ਨਹੀਂ ਸੁੱਟਣੇ ਚਾਹੀਦੇ।